ਪਿਆਰੇ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਉਹੀ ਕਸੀਪਿਟੀ ਬੇਨਤੀ ਤੁਹਾਡੇ ਅੱਗੇ ਕਰਨ ਲੱਗਿਆ ਹੈ ਜੀ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੇਜ ਨੂੰ ਕਰ ਲੋ ਫੋਲੋ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਸ਼ੇਅਰ ਵੀ ਕਰ ਦਿਆ ਕਰੋ ਉਹ ਤਾਂ ਚਲੋ ਤੁਸੀਂ ਕਰਦੇ ਨਹੀਂ ਕੋਈ ਗੱਲ ਨਹੀਂ ਪਰ ਫੇਰ ਵੀ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਵਾਂਗਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਮੇਰੀ ਵੀਡੀਓਜ਼ ਨੂੰ ਦੇਖਦੇ ਰਹੋਗੇ ਅਤੇ ਪਸੰਦ ਕਰਦੇ ਰਹੋਗੇ ਪਿਆਰੇ ਦੋਸਤੋ ਫਿਲਮ ਦਾ ਰਿਵਿਊ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਾਡੇ ਦੇਸ਼ ਦੇ ਬੇਹਦ ਕਾਬਿਲ ਇਨਸਾਨ ਦਾ ਜਿਨ੍ਹਾਂ ਦਾ ਨਾਮ ਹੈ ਜੀ ਆਰ ਗੋਪੀਨਾਥ ਜਿਨ੍ਹਾਂ ਦਾ ਜਨਮ ਹੋਇਆ ਸੀ ਕਰਨਾਟਕਾ ਦੇ ਵਿੱਚ 1951 ਦੇ ਵਿੱਚ 1971 ਦੇ ਵਿੱਚ ਉਹਨਾਂ ਨੇ ਇੰਡੀਅਨ 에ਅਰ ਫੋਰਸ ਨੂੰ ਜੁਆਇਨ ਕੀਤਾ ਅਤੇ ਮਹਿਜ਼ 28 ਸਾਲ ਦੀ ਉਮਰ ਵਿੱਚ ਉਹਨਾਂ ਨੇ ਵੌਲੰਟੀਅਰ ਰਿਟਾਇਰਮੈਂਟ ਲੈ ਕੇ ਭਾਰਤੀ ਵਾਯੂ ਸੇਨਾਂ ਨੂੰ ਛੱਡ ਦਿੱਤਾ ਪਰ ਉਹਨਾਂ ਦਾ ਇੱਕ ਸੁਪਨਾ ਸੀ ਉਹ ਭਾਰਤ ਦੀ ਆਮ ਜਨਤਾ ਨੂੰ ਸਸਤੀ ਹਵਾਈ ਸੇਵਾ ਪ੍ਰਦਾਨ ਕਰਨਾ ਚਾਹੁੰਦੇ ਸਨ ਜਿਸ ਦੇ ਨਾਲ ਸੜਕ ਤੇ ਕ ਕਰਨ ਵਾਲਾ ਸੁਧਾਰਨ ਆਦਮੀ ਵੀ ਹਵਾਈ ਜਹਾਜ਼ ਦੀ ਯਾਤਰਾ ਕਰਨ ਦਾ ਸੁਪਨਾ ਪੂਰਾ ਕਰ ਸਕਦਾ ਸੀ ਹੌਲੀ ਹੌਲੀ ਉਹਨਾਂ ਨੇ ਆਪਣੇ ਇਸੇ ਸੁਪਨੇ ਨੂੰ ਪੂਰੀ ਲਗਨ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ 2003 ਦੇ ਵਿੱਚ ਉਹਨਾਂ ਨੇ ਇੱਕ ਹੋਰ ਕੰਪਨੀ Air Deccan ਸ਼ੁਰੂ ਕੀਤੀ। ਇਸ ਤਰ੍ਹਾਂ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਸਸਤੀ ਹਵਾਈ ਯਾਤਰਾ ਮੁਹੱਈਆ ਕਰਾਉਣ ਦੇ ਲਈ ਮਿਹਨਤ ਕੀਤੀ। ਪਿਆਰੇ ਦੋਸਤੋ ਇਹ ਸਟੋਰੀ ਸੁਣਨ ਦੇ ਵਿੱਚ ਕਿੰਨੀ ਇਨਸਪਾਇਰਿੰਗ ਲੱਗਦੀ ਹੈ। ਇਸੇ ਸਟੋਰੀ ਨੂੰ ਇਸੇ ਕਹਾਣੀ ਨੂੰ ਪਲੋਟ ਬਣਾ ਕੇ 12 ਨਵੰਬਰ 2020 ਨੂੰ ਇੱਕ ਤਾਮਿਲ ਫਿਲਮ ਰਿਲੀਜ਼ ਹੋਈ ਜਿਸ ਦਾ ਨਾਮ ਸੀ ਸਰਾਇਪੋਟਰੋ। ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਸੂਰਿਆ ਨੇ ਅਤੇ ਸੁਦਾ ਕੁੰਗਾਰਾ ਪ੍ਰਸਾਦ ਨੇ ਇਸ ਨੂੰ ਡਾਇਰੈਕਟ ਕੀਤਾ ਸੀ ਇਸ ਫਿਲਮ ਦੀ ਕਹਾਣੀ ਬਹੁਤ ਹੀ ਸ਼ਾਨਦਾਰ ਸੀ ਉਨਾ ਹੀ ਸ਼ਾਨਦਾਰ ਸਕ੍ਰੀਨਪਲੇ ਸੁਦਾ ਕੁੰਗਾਰਾ ਨੇ ਲਿਖਿਆ ਅਤੇ ਫਿਲਮ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ 2020 ਦੇ ਵਿੱਚ ਰਿਲੀਜ਼ ਹੋਣ ਕਰਕੇ ਕੋਵਿਡ ਦੀ ਮਾਰ ਇਸ ਫਿਲਮ ਦੇ ਉੱਪਰ ਜ਼ਰੂਰ ਪਈ ਲੇਕਿਨ ਜਦੋਂ ਇਹ ਫਿਲਮ OTT ਤੇ ਆਈ Amazon Prime ਤੇ ਆਈ ਅਤੇ ਲੋਕਾਂ ਨੇ ਇਸ ਫਿਲਮ ਦੀ ਖੂਬ ਤਾਰੀਫ ਕੀਤੀ ਅਤੇ ਇਸ ਫਿਲਮ ਨੇ ਵੱਖ-ਵੱਖ ਕੈਟਾਗਰੀਆਂ ਦੇ ਵਿੱਚ 5-5 ਨੈਸ਼ਨਲ ਅਵਾਰਡ ਵੀ ਜਿੱਤੇ ਹੁਣ ਇਸ ਫਿਲਮ ਦਾ ਰੀਮੇਕ ਬਣਿਆ ਹੈ ਜੀ ਜੋ ਰਿਲੀਜ਼ ਹੋਇਆ ਹੈ 12 ਜੁਲਾਈ 2024 ਨੂੰ ਜਿਸ ਦੇ ਡਾਇਰੈਕਟਰ ਸੇਮ ਨੇ ਸੁਦਾ ਕੁੰਗਾਰਾ ਅਤੇ ਜਿਸ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ ਜਿ ਖਿਲਾੜੀ ਕੁਮਾਰ ਅਕਸ਼ੇ ਕੁਮਾਰ ਅਤੇ ਫਿਲਮ ਦਾ ਨਾਮ ਹੈ ਸਿਰਫਰਾ ਜੀ ਹਾਂ ਅੱਜ ਆਪਾਂ ਕਰਾਂਗੇ ਸਿਰਫ ਇਹਦਾ ਰਿਵਿਊ ਇੱਕ ਵਧੀਆ ਫਿਲਮ ਹੋਣ ਦੇ ਲਈ ਪਿਆਰੇ ਦੋਸਤੋ ਕੀ ਚੀਜ਼ ਚਾਹੀਦੀ ਹੈ ਆਓ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਇੱਕ ਵਧੀਆ ਫਿਲਮ ਦੇ ਲਈ ਜ਼ਰੂਰੀ ਹੁੰਦੀ ਹੈ ਜੀ ਕਹਾਣੀ ਸੋ ਸਿਰਫ ਇਹ ਨਾ ਫਿਲਮ ਦੀ ਕਹਾਣੀ ਤਾਂ ਬਹੁਤ ਕਮਾਲ ਦੀ ਹੈ ਜਿਸ ਦੇ ਵਿੱਚ ਸਕੂਲ ਮਾਸਟਰ ਦਾ ਬੱਚਾ ਇਹ ਸੁਪਨਾ ਲੈਂਦਾ ਹੈ ਕਿ ਉਹ ਹਰੇਕ ਵਰਗ ਦੇ ਲੋਕਾਂ ਨੂੰ ਜਹਾਜ਼ ਦੇ ਵਿੱਚ ਸਸਤਾ ਸਫ਼ਰ ਕਰਵਾ ਪਾਏਗਾ ਲੇਕਿਨ ਜਦੋਂ ਉਹ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਅੱਗੇ ਵਧਦਾ ਹੈ ਤਾਂ ਉਸ ਦੇ ਰਾਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਲੇਕਿਨ ਉਹ ਘਬਰਾਉਂਦਾ ਨਹੀਂ ਹੈ ਅਤੇ ਅੰਤ ਤੱਕ ਜਾ ਕੇ ਉਹ ਆਮ ਲੋਕਾਂ ਨੂੰ ਜਹਾਜ਼ ਦੇ ਵਿੱਚ ਸਫ਼ਰ ਕਰਵਾਉਣ ਦੇ ਵਿੱਚ ਸਫਲ ਹੋ ਜਾਂਦਾ ਹੈ ਸੋ ਕਹਾਣੀ ਬਹੁਤ ਮਾਈਂਡ ਬਲੋਇੰਗ ਹੈ ਉਨਾ ਹੀ ਮਾਈਂਡ ਬਲੋਇੰਗ ਹੈ ਇਸ ਕਹਾਣੀ ਨੂੰ ਕਹਿਣ ਦਾ ਅੰਦਾਜ਼ ਜੀ ਹਾਂ ਡਾਇਰੈਕਟਰ ਨੇ ਇਸ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਕੀਤਾ ਹੈ ਜਦੋਂ ਤੁਸੀਂ ਫਿਲਮ ਨੂੰ ਦੇਖਦੇ ਹੋ ਤਾਂ ਇਹਦੀ ਕਹਾਣੀ ਤੁਹਾਡੇ ਨਾਲ ਕਨੈਕਟ ਕਰਦੀ ਹੈ ਤੁਹਾਨੂੰ ਇਹ ਆਪਣੀ ਫਿਲਮ ਜਾਪਦੀ ਹੈ ਅਤੇ ਜੋ ਫਿਲਮ 2020 ਦੇ ਵਿੱਚ ਸੇਮ ਡਾਇਰੈਕਟਰ ਨੇ ਬਣਾਈ ਸੀ ਸੁਦਾ ਕੁੰਗਾਰਾ ਨੇ ਇਹ ਫਿਲਮ ਉਸ ਫਿਲਮ ਤੋਂ ਥੋੜੀ ਜੀ ਬੈਟਰ ਬਣੀ ਹੈ ਤੀਸਰੀ ਚੀਜ਼ ਜੋ ਇੱਕ ਫਿਲਮ ਨੂੰ ਵਧੀਆ ਬਣਾਉਂਦੀ ਹੈ ਉਹ ਹੁੰਦੇ ਨੇ ਸਾਡੇ ਫੇਵਰਟ ਸਟਾਰ ਜਿਨ੍ਹਾਂ ਨੂੰ ਦੇਖਣ ਦੇ ਲਈ ਅਸੀਂ ਫਿਲਮ ਦੇ ਵਿੱਚ ਜਾਂਦੇ ਹਾਂ ਪਿਛਲੇ ਕੁਝ ਸਮੇਂ ਤੋਂ ਜੋ ਖਿਲਾੜੀ ਕੁਮਾਰ ਨੇ ਅਕਸ਼ੇ ਕੁਮਾਰ ਨੇ ਉਹਨਾਂ ਦੀਆਂ ਫਿਲਮਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਉਹਨਾਂ ਦੇ ਪ੍ਰੋਡਿਊਸਰ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਲੇਕਿਨ ਪਿਆਰੀ ਦੋਸਤੋ ਸਿਰਫ ਇਹ ਫਿਲਮ ਅਕਸ਼ੇ ਕੁਮਾਰ ਦੀ ਕਮਬੈਕ ਫਿਲਮ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਅਕਸ਼ੇ ਕੁਮਾਰ ਨੇ ਐਕਟਿੰਗ ਕੀਤੀ ਹੈ ਉਹ ਬੇਹਦ ਕਮਾਲ ਦੀ ਐਕਟਿੰਗ ਕੀਤੀ ਹੈ ਉਹਨਾਂ ਦੇ ਇਮੋਸ਼ਨਲ ਸੀਨ ਉਹਨਾਂ ਦੀ ਕਾਮੇਡੀ ਉਹਨਾਂ ਦੇ ਰੋਮਾਂਟਿਕ ਸੀਨ ਉਹਨਾਂ ਦਾ ਜੋ ਮੋਟੀਵੇਸ਼ਨਲ ਸੀਨ ਨੇ ਉਹ ਕਮਾਲ 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 ਬਣੇ ਨੇ ਅਕਸ਼ੇ ਕੁਮਾਰ ਕਿਤੇ ਵੀ ਤੁਹਾਨੂੰ ਓਵਰ ਐਕਟਿੰਗ ਕਰਦੇ ਨਜ਼ਰ ਨਹੀਂ ਆਉਂਦੇ ਫਿਲਮ ਦੀ ਹੀਰੋਏ ਨੇ ਜੀ ਰਾਦਿਕਾ ਮਦਨ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕਮਾਲ ਦੀ ਐਕਟਿੰਗ ਕੀਤੀ ਹੈ ਕਮਾਲ ਦੀ ਉਹਨਾਂ ਦੀ ਪ੍ਰੈਜੈਂਸ ਨਜ਼ਰ ਆਈ ਹੈ ਉਹਨਾਂ ਦਾ ਜੋ ਡਾਇਲੋਗ ਬੋਲਣ ਦਾ ਫਲੋ ਹੈ ਜੋ ਉਹਨਾਂ ਦੇ ਐਕਸਪ੍ਰੈਸ਼ਨਸ ਨੇ ਜੋ ਉਹਨਾਂ ਨੇ ਰੋਲ ਕੀਤਾ ਹੈ ਵਾਹ ਜੀ ਵਾ ਕਮਾਲ ਹੀ ਕੀਤੀ ਪਈ ਹੈ ਤੁਹਾਨੂੰ ਬਹੁਤ ਪਸੰਦ ਆਉਣ ਵਾਲੀ ਹੈ ਸੀਮਾ ਵਿਸ਼ਵਾਸ ਅਤੇ ਪ੍ਰੇਸ਼ ਰਾਵਲ ਅਜੇਹੇ ਦੋ ਨਾਮ ਨੇ ਜਿਨ੍ਹਾਂ ਦੀ ਐਕਟਿੰਗ ਦੇ ਬਾਰੇ ਕੁਝ ਵੀ ਕਹਿਣਾ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ ਦੋਵਾਂ ਦੇ ਰੋਲ ਫਿਲਮ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਨੇ ਅਤੇ ਬਹੁਤ ਵਧੀਆ ਕੰਮ ਇਹਨਾਂ ਨੇ ਕੀਤਾ ਹੈ ਪਿਆਰੇ ਦੋਸਤੋ ਅਗਲੀ ਚੀਜ਼ ਹੁੰਦੀ ਹੈ ਫਿਲਮ ਦਾ 뮤직 ਫਿਲਮ ਦਾ 뮤직 ਠੀਕ ਠਾਕ ਹੈ ਦੋ ਤਿੰਨ ਗਾਣੇ ਨੇ ਵਧੀਆ ਗਾਣੇ ਨੇ ਤੁਹਾਨੂੰ ਵਧੀਆ ਲੱਗਣਗੇ ਲੇਕਿਨ ਤੁਸੀਂ ਇਹਨਾਂ ਨੂੰ ਯਾਦ ਰੱਖੋਗੇ ਕਿ ਨਹੀਂ ਇਹ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਯਾਦ ਕਿ ਇਹਦੇ ਵਿੱਚ ਕਿਹੜੇ ਕਿਹੜੇ ਗਾਣੇ ਨੇ ਪਿਆਰੇ ਦੋਸਤੋ ਸਾਨੂੰ ਫਿਲਮ ਉਹ ਟੱਚ ਕਰਦੀ ਹੈ ਜਿਸ ਦੇ ਵਿੱਚ ਇਮੋਸ਼ਨ ਹੁੰਦੇ ਨੇ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਇਮੋਸ਼ਨਲ ਸੀਨ ਨੇ ਜੋ ਤੁਹਾਨੂੰ ਰੋਣ ਦੇ ਉੱਪਰ ਮਜਬੂਰ ਕਰ ਦਿੰਦੇ ਨੇ ਔਰ ਅਕਸ਼ੇ ਕੁਮਾਰ ਨੇ ਉਹਨਾਂ ਸੀਨਸ ਨੂੰ ਇੰਨਾ ਖੂਬਸੂਰਤੀ ਨਾਲ ਪੇਸ਼ ਕੀਤਾ ਹੈ ਕਿ ਦਰਸ਼ਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਆ ਜਾਂਦੇ ਨੇ ਇਸ ਫਿਲਮ ਦੇ ਵਿੱਚ ਕਾਮੇਡੀ ਦਾ ਤੜਕਾ ਵੀ ਹੈ ਇਮੋਸ਼ਨ ਦੀ ਸੁਨਾਮੀ ਹੈ ਅਤੇ ਨਾਲ ਨਾਲ ਹੀ ਬਹੁਤ ਹੀ ਪਾਵਰਫੁਲ ਐਂਟਰਟੇਨਮੈਂਟ ਹੈ ਪਿਆਰੇ ਦੋਸਤੋ ਹੁਣ ਗੱਲਾਂ ਕਰਦੇ ਆਂ ਜੀ ਫਿਲਮ ਦੇ ਵਿੱਚ ਕੀ ਚੀਜ਼ ਵਧੀਆ ਨਹੀਂ ਸੀ 네ਗੇਟਿਵ ਪੁਆਇੰਟ ਕੀ ਨੇ ਫਿਲਮ ਦੇ ਵਿੱਚ ਹਾਰਡਲੀ ਹੀ ਕੋਈ 네ਗੇਟਿਵ ਪੁਆਇੰਟ ਨੇ ਪਿਆਰੇ ਦੋਸਤੋ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸੁਰਾਇ ਪੋਟਰੂ ਜਦੋਂ ਐਡੀ ਵਧੀਆ ਫਿਲਮ ਸੀ ਇਸ ਦੀ ਰੀਮੇਕ ਬਣਾਉਣ ਦੀ ਕੀ ਜ਼ਰੂਰਤ ਸੀ ਅਤੇ ਬਿਲਕੁਲ ਹੂਬ ਹੂ ਉਸੇ ਫਿਲਮ ਨੂੰ ਇਸ ਫਿਲਮ ਦੇ ਵਿੱਚ ਕਾਪੀ ਕੀਤਾ ਗਿਆ ਹੈ ਇਹ ਗੱਲ ਬਿਲਕੁਲ ਸਹੀ ਜਾਪਦੀ ਹੈ 95% ਫਿਲਮ ਕਾਪੀ ਐਂਡ ਪੇਸਟ ਹੈ ਲੇਕਿਨ ਫੇਰ ਵੀ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਫਿਲਮ ਉਸ ਤੋਂ 21 ਬਣੀ ਹੈ 19 ਨਹੀਂ ਬਣੀ ਹੈ ਦੂਸਰੀ ਗੱਲ ਇਹ ਕਿ ਫਿਲਮ ਨੂੰ ਬਹੁਤ ਹੀ ਮਾੜੀ ਓਪਨਿੰਗ ਮਿਲੀ ਹੈ ਅਕਸ਼ੇ ਕੁਮਾਰ ਦੀਆਂ ਹੁਣ ਤੱਕ ਦੀਆਂ ਜੋ ਫਲॉप ਫਿਲਮਾਂ ਨੇ ਉਹਨਾਂ ਸਭ ਤੋਂ ਮਾੜੀ ਓਪਨਿੰਗ ਇਸ ਫਿਲਮ ਨੂੰ ਮਿਲੀ ਹੈ ਕਿਉਂਕਿ ਇਸ ਫਿਲਮ ਦੀ ਪ੍ਰੋਮੋਸ਼ਨ ਜੋ ਬਿਲਕੁਲ ਹੀ ਕਮਜ਼ੋਰ ਤਰੀਕੇ ਨਾਲ ਕੀਤੀ ਗਈ ਸੀ ਦੂਸਰੀ ਗੱਲ ਇਸ ਫਿਲਮ ਦਾ ਕੰਪੈਰੀਜ਼ਨ ਲਗਾਤਾਰ ਉਹ ਪੁਰਾਣੀ ਫਿਲਮ ਦੇ ਨਾਲ ਤਮਿਲ ਫਿਲਮ ਦੇ ਨਾਲ ਹੋ ਰਿਹਾ ਹੈ ਇਸ ਕਰਕੇ ਲੋਕ ਇਸ ਫਿਲਮ ਨੂੰ ਦੇਖਣ ਦੇ ਲਈ ਨਹੀਂ ਜਾ ਰਹੇ ਹਨ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਪਿਆਰੇ ਦੋਸਤੋ ਇਹ ਇੱਕ ਵਧੀਆ ਸਿਨੇਮਾ ਹੈ ਐਂਟਰਟੇਨਿੰਗ ਸਿਨੇਮਾ ਹੈ ਅਕਸ਼ੇ ਕੁਮਾਰ ਦੀ ਕਮਬੈਕ ਹੈ ਐਂਡ ਅਕਸ਼ੇ ਕੁਮਾਰ ਇਜ਼ ਬੈਕ ਵਿਦ ਸਮ ਸੀਰੀਅਸ ਸਟਫ ਸੋ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦਾ ਹਾਂ ਮੇਰੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰਨਾ ਕਮੈਂਟ ਕਰਨਾ ਮੈਂ ਇੰਤਜ਼ਾਰ ਕਰਾਂਗਾ